ਜਿਵੇਂ ਜਿਵੇਂ ਵੋਟਾਂ ਪਾਉਣ ਦੀ ਤਰੀਕ 1 ਜੂਨ ਨੇੜੇ ਆ ਰਹੀ ਹੈ ਤੇ ਉਸ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਲੜੀ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਉੱਪਲ ਦੇ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਤੇ ਬੂਥ ਇੰਚਾਰਜ ਕੁਲਵੰਤ ਸਿੰਘ ਜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹਨਾਂ ਦੇ ਗ੍ਰਹਿ ਵਿਖੇ ਇੱਕ ਭਰਵੀਂ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੀ ਪਾਰਟੀ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ। ਗੁਰਦੀਪ ਸਿੰਘ ਰੰਧਾਵਾ ਨੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ, ਉਸ ਦੇ ਆਧਾਰ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਮਨ ਸੇਰ ਸਿੰਘ ਸੈਰੀ ਕਲਸ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਇੱਕ ਸੋਸ਼ਲ ਮੀਡੀਆ ਉੱਪਰ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਹੀ ਆਡੀਓ ਮਾਮਲੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਕ੍ਰਿਸਚਨ ਭਾਈਚਾਰੇ ਉੱਪਰ ਵਰਤੀ ਗਈ ਸ਼ਬਦਾਵਲੀ ਦੀ ਟਿੱਕੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਬੂਥ ਇੰਚਾਰਜ ਤੇ ਸਰਪੰਚ ਕੁਲਵੰਤ ਸਿੰਘ ਅਤੇ ਅਕਾਲੀ ਦਲ ਦੇ ਬੂਥ ਇੰਚਾਰਜ ਰਣਜੀਤ ਸਿੰਘ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਮਨ ਸੇਰ ਸਿੰਘ ਸਾਰੀ ਕਲਸੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਪਿੰਡ ਵਿੱਚ ਜਿਤਾਇਆ ਜਾਵੇਗਾ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਅੱਜ ਸਰਪੰਚ ਸਰਦਾਰ ਕੁਲਵੰਤ ਸਿੰਘ ਉੱਪਰ ਜਿਹੜੇ ਪਿਛਲੀ ਸਰਕਾਰ ਸਰਪੰਚ ਸੀ ਉਹਨਾਂ ਦੇ ਗ੍ਰਹਿ ਵਿਖੇ ਅੱਜ ਜਿਹੜੀ ਮੀਟਿੰਗ ਹੋਈ ਹੈ, ਬੜੇ ਨਾਮਵਰ ਪਰਿਵਾਰ ਸੀਗਾ ਉੱਪਲਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ 'ਚ ਚੱਲਣਾ ਕੀਤਾ, ਨਾਲ ਉਹਨਾਂ ਨੇ ਵੀ ਰੱਖਿਆ ਕਿ ਮੀਟਿੰਗ ਬੜੇ ਵਧੀਆ ਢੰਗ ਨਾਲ ਉਹਨਾਂ ਮੀਟਿੰਗ ਵੀ ਕਰਾਈ ਹੈ। ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਇੱਕ ਫੈਸਲਾ ਕਰ ਲਿਆ ਕਿ ਇਸ ਵਾਰ ਆਮ ਆਦਮੀ ਪਾਰਟੀ ਨਾਲ ਚੱਲਣਾ। ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ। ਸਰ ਪਤਾ ਲੱਗਾ ਕਿ ਮੌਕੇ ਦੇ ਸਰਪੰਚ ਵੀ ਨਾਲ ਔਰ ਬੂਥ ਇੰਚਾਰਜ ਵੀ ਸੀ, ਇੱਕ ਕਾਂਗਰਸ ਦਾ ਔਰ ਇੱਕ ਅਕਾਲੀ ਦਲ। ਵੇਖੋ ਹੁਣ ਤਾਂ ਮੈਂ ਕਹਿੰਦਾ ਕਿ ਤੁਸੀਂ ਅਕਾਲੀ ਦਲ ਦਾ ਤਾਂ ਕੀ ਹੈ, ਇੱਥੇ ਸਾਰਾ ਅਕਾਲੀ ਦਲ ਆਮ ਚ ਆ ਗਿਆ। ਮੈਂ ਤਾਂ ਹੁਣ ਅੱਗੇ ਤਾਂ ਜੁਆਇਨਿੰਗ ਕਰਾਉਂਦਾ ਸੀਗਾ ਵੀ ਚਲੋ ਜੁਆਇਨਿੰਗ ਕਰਾਵਾਂ, ਹੁਣ ਜੁਆਇਨਿੰਗ ਕਿਹਨੂੰ ਕਰਾਵਾਂ, ਸਾਰੇ ਲੋਕ ਤਾਂ ਆ ਗਏ। ਜੁਆਇਨਿੰਗ ਤਾਂ 2-4-5 ਬੰਦਿਆਂ ਦੀ, ਹੁਣ ਪਿੰਡਾਂ ਪਿੰਡਾਂ ਦੀ ਜੁਆਇਨਿੰਗ ਕਾਹਦੀ ਆ, ਜਦੋਂ ਸਿਸਟਮ ਹੀ ਬਣ ਗਿਆ। ਉਹ ਕਹਿੰਦੇ ਇੱਕ ਦਰਿਆਵਾਂ ਨੂੰ ਕਦੀ ਨੱਕੇ ਨਹੀਂ ਲੱਗਦੇ, ਇਹ ਹੁਣ ਲੋਕਾਂ ਦਾ ਇੱਕ ਦਰਿਆ ਵਗਣ ਲੱਗਾ ਜਿਹਨੂੰ ਇਹਨੂੰ ਨੱਕਾ ਨਹੀਂ ਲੱਗਣਾ। ਇਸ ਕਰਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ 13-0 ਦਾ ਨਾਰਾ ਦਿੱਤਾ, ਉਹ ਬਹੁਤ ਜਲਦ ਪੂਰਾ ਹੋਣ ਵਾਲਾ। ਕਰੀਬ 1 ਮਹੀਨੇ ਤੋਂ ਤੁਸੀਂ ਚੋਣ ਮੀਟਿੰਗ ਕਰ ਰਹੇ ਨੇ, ਕਿਸ ਤਰ੍ਹਾਂ ਦਾ ਜਿਹੜਾ ਹੁੰਗਾਰਾ ਮਾਰਿਆ? ਵੇਖੋ ਮੈਨੂੰ ਲੋਕਾਂ ਨੇ ਇੰਨਾ ਪਿਆਰ, ਇੰਨਾ ਸਤਿਕਾਰ, ਮੈਂ ਸਮਝਦਾ ਕਿ ਮੈਂ ਇੰਨੇ ਜੋਗਾ ਹੀ ਨਹੀਂ ਕਿਹਾ ਜਿੰਨਾ ਮੈਨੂੰ ਲੋਕ ਪਿਆਰ ਤੇ ਸਤਿਕਾਰ ਦੇ ਰਹੇ ਨੇ। ਮੈਂ ਹਮੇਸ਼ਾ ਇਹਨਾਂ ਲੋਕਾਂ ਦਾ ਰਿਣੀ ਰਹੂੰਗਾ, ਜਿੰਨੇ ਜੋਗਾ ਹੈਗਾ ਇਹਨਾਂ ਦੀ ਦੁੱਖ ਸੁੱਖ ਦਾ ਭਾਈ ਬਲਵੰਦਰ ਨੂੰ। ਸਪੀਚ ਦੌਰਾਨ ਇੱਕ ਵਾਇਰਲ ਵੀਡੀਓ ਤੁਸੀਂ ਗੱਲ ਕੀਤੀ ਹੈ, ਉਹਦੇ ਸੰਬੰਧ 'ਚ ਉਹਨਾਂ 'ਚ ਸਪਸ਼ਟੀਕਰਨ ਦਿੱਤਾ ਕਿ ਮੈਂ ਅਫੇਅਰ ਜਿਹੜੀ ਦਰਜ ਕਰਵਾ ਦਿੱਤੀ ਹੈ, ਇਹ ਕੋਈ VI ਮਤਲਬ ਹੈਗਾ ਉਹ ਸੌਫਟਵੇਅਰ ਉਹਦੇ ਨਾਲ ਬਣਾਈ। ਦੇਖੋ ਲੋਇਰ, ਮੈਨੂੰ ਇਹਦੇ ਬਾਰੇ ਨਹੀਂ ਹੈਗਾ ਕਿ FIR ਦਰਜ ਕਰਾ ਦਿੱਤੀ ਹੈ। ਅਸੀਂ ਤਾਂ ਉਹਦੇ ਮੂੰਹ 'ਚੋਂ ਸਾਰੀ ਦੁਨੀਆ ਨੇ ਸੁਣੀ ਹੈ, ਮੈਂ ਕੋਈ ਇਕੱਲੇ ਨੇ ਤਾਂ ਸੁਣੀ ਨਹੀਂ, ਸਾਰੇ ਬੰਨੇ ਵਾਇਰਲ ਹੋਣ ਡਈ ਆ। FIR ਕਿਤੇ ਨਹੀਂ ਕਰੇ, ਇਹ ਕਾਨੂੰਨੀ ਗੱਲ ਹੈ, ਇਹਦੇ 'ਚ ਕੀ ਹੁੰਦਾ ਕਈ ਨਹੀਂ ਹੁੰਦਾ। ਪਰ ਅੱਜ ਦੀ ਤਰੀਕ 'ਚ ਕ੍ਰਿਸਚਨ ਭਾਈਚਾਰੇ ਦੇ ਮਨਾਂ ਤੇ ਬੜੀ ਵੱਡੀ ਠੇਸ ਪਹੁੰਚੀ ਹੈ ਕਿ ਜਿਹੜਾ ਕਿਸੇ ਨੂੰ ਕਹਿ ਦੇਣਾ ਕਿ 5-7 ਕ੍ਰਿਸਚਨ ਸਵੇਰੇ ਆ ਜਾਂਦੇ ਨੇ, ਕੋਈ ਕਹਿੰਦਾ ਮੇਰੀ ਕੁੜੀ ਨਿਕਲ ਗਈ ਹੈ, ਕੋਈ ਕਹਿੰਦਾ ਮੇਰੀ ਨੂੰਹ ਨਿਕਲ ਗਈ ਹੈ, ਐਸੇ ਲਫ਼ਜ਼ 'ਚ ਇਹੋ ਜਿਹੇ ਲੀਡਰਾਂ ਨੂੰ ਜਿਹੜੇ ਆ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਇੱਜ਼ਤ ਗਰੀਬ ਦੀ ਵੀ ਉਹੋ ਜਿਹੀ ਆ, ਇੱਜ਼ਤ ਅਮੀਰ ਦੀ ਵੀ ਉਹੋ ਜਿਹੀ ਆ, ਜਿਹਦੇ 'ਚ ਇਹੋ ਜਿਹੀਆਂ ਚੀਜ਼ਾਂ ਤੇ ਕਦੀ ਵੀ ਨਹੀਂ ਸਿਆਸਤ ਕਰਨੀ। ਇੱਕ ਸਮੁਦਾਇ ਨੂੰ ਟਾਰਗੇਟ ਕਰਨਾ ਫਿਰ ਤੁਸੀਂ ਸਹੀ ਸਮਝ? ਵੇਖੋ ਭਾਵੇਂ ਮੈਂ ਤਾਂ ਕਹਿੰਦਾ ਜਿਹੜਾ ਇੱਕ ਸਮੁਦਾਇ ਨੂੰ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਨਹੀਂ ਕਰਨਾ ਚਾਹੀਦਾ, ਭਾਵੇਂ ਕੋਈ ਵੀ ਹੋਏ।
ਸਾਰੇ ਇੱਜ਼ਤਦਾਰ ਆ, ਸਾਰੇ ਇੱਜ਼ਤਦਾਰ ਇੱਕ ਦੂਜੇ ਦੀ ਇੱਜ਼ਤ ਤੇ ਭਾਈਵਾਲ, ਇਸ ਕਰਕੇ ਨਹੀਂ ਹੋਣਾ ਚਾਹੀਦਾ। ਬੜੀ ਮਾੜੀ ਗੱਲ ਹੈ, ਬਹੁਤ ਦੁੱਖ ਦਾ ਇਹ ਗੱਲ। ਮੇਰਾ ਨਾਮ ਗੁਰਿੰਦਰ ਸਿੰਘ ਹੈ, ਕਿਹੜਾ ਪਿੰਡ? ਪਿੰਡ ਉੱਪਲ ਜੇ, ਮੈਂ ਸਰਪੰਚ ਆ ਮਦਰਾਸਾ ਮੌਜੂਦਾ। ਹਾਂਜੀ, ਮੈਨੂੰ ਸਰ 2 ਸਾਲ ਪਿਛਲੇ ਹਫ਼ਤੇ ਤੱਕ ਜੁਆਇਨ ਕੀਤੀ ਹੈ, ਉਹਨਾਂ ਦੇ ਕੰਮਾਂ ਕਾਰਾਂ ਵੱਲ ਵੇਖ ਕੇ ਮਤਲਬ ਅਸੀਂ ਜੁਆਇਨ ਕੀਤੇ ਉਹਨਾਂ ਨੇ। ਹਾਂਜੀ, ਸਾਡੇ ਘਰ ਮਤਲਬ ਪਿੰਡ ਪੰਚਾਇਤ ਉੱਪਲ ਦੇ ਆਪਣੇ ਸਰਪੰਚ ਸਾਹਿਬ ਦੇ ਘਰ ਅਸੀਂ ਕਰਵਾਈ ਹੈ, ਗੁਰਦੀਪ ਸਿੰਘ ਰੰਧਾਵਾ ਸਿੰਘ ਨੂੰ ਸੱਦਿਆ ਹੈ। ਉਹਨਾਂ ਦੇ ਮਤਲਬ ਦੇ ਕੰਮਾਂ ਕਾਰਾਂ ਦੇ ਵਿੱਚ ਅਸੀਂ ਮਤਲਬ ਬੋਝ ਜਤਾਵਾਂਗੇ, ਪੂਰਾ ਮਤਲਬ ਸਹਿਯੋਗ ਦੇਵਾਂਗੇ। ਜੋ ਭਗਵੰਤ ਮਾਨ ਦਾ ਸੁਪਨਾ 13 ਜ਼ਿਲ੍ਹੇ ਦਾ ਫਿਰ ਪੂਰਾ ਹੋਵੇਗਾ? ਹਾਂ, ਜ਼ਰੂਰ ਹੋਏਗਾ ਜੀ। ਮਤਲਬ ਸਾਨੂੰ ਜਿੱਥੋਂ ਲੱਗਦਾ ਵੀ ਉਹਨਾਂ ਦਾ ਸੁਪਨਾ ਜੋ ਵੀ ਉਹ ਕਰਦੇ ਨੇ ਬਹੁਤ ਵਧੀਆ ਕਰਦੇ ਨੇ। ਜੋ ਇਸ ਵੇਲੇ ਆਮ ਆਦਮੀ ਪਾਰਟੀ ਪਿਛਲੇ 2 ਸਾਲਾਂ ਤੋਂ ਕੰਮ ਕਰ ਕੀਤੇ, ਉਹਨਾਂ ਤੋਂ ਤੁਸੀਂ ਸੰਤੁਸ਼ਟ? ਬਿਲਕੁਲ ਸੰਤੁਸ਼ਟ ਹੈ ਜੀ। ਜਿੰਨਾ ਕੁ ਉਹਨਾਂ ਨੇ ਜੋ ਸਾਨੂੰ ਗਰੰਟੀਆਂ ਉਹਨਾਂ ਨੇ ਪਹਿਲਾਂ ਉਹਨਾਂ ਨੇ ਦੱਸੀਆਂ ਸੀ ਉਹ ਪੂਰੀਆਂ ਕਰਦੇ ਨੇ, ਬਾਕੀ ਜੋ ਅਗਾਂਹ ਥੋੜੀਆਂ ਬਹੁਤੀਆਂ ਰਹਿੰਦੀਆਂ ਨੇ ਗਰੰਟੀਆਂ ਉਹ ਪੂਰੀਆਂ ਕਰਨਗੇ, ਸਾਨੂੰ ਪੱਕੀ ਉਮੀਦ ਹੈ। ਇਸ ਕਰਕੇ ਮਤਲਬ ਅਸੀਂ ਇਹਨਾਂ ਦਾ ਬੂਥ ਬਿਲਕੁਲ ਜਿਤਾਵਾਂਗੇ ਪਿੰਡ ਦੇ।